ਕੱਪੜਿਆਂ ਦਾ ਕੰਮ ਮੁੱਕ ਜੂ ਭਾਜੀ? ਨਹੀਂ, ਤਰਪਾਈ ਰਹਿੰਦੀ ਸੀਗੀ, ਮੈਂ ਕਿਹਾ ਹੁਣ ਕਰ ਲੈਂਦੀ ਹਾਂ। ਬਾ ਬੇਟੀ ਮੈਂ ਸਕੂਲ ਨਹੀਂ ਜਾਣਾ, ਛੁੱਟੀ ਆ ਅਤੇ ਫੀਡਰ ਦੇ ਦਿੱਤਾ ਬੱਚਿਆਂ ਨੂੰ, ਚਾਹੇ ਤੁਹਾਨੂੰ ਬਣਾ ਦਿੱਤੀ ਆ। ਮੈਂ ਕਿਹਾ ਚਲੋ ਮੈਂ ਵਿਹਲੀ ਹਾਂ ਅਤੇ ਮੈਂ ਆਪਣੀ ਫੀਸ ਕੰਪਲੀਟ ਕਰ ਲੈਂਦੀ ਹਾਂ, ਤਰਪਾਈ ਕਰ ਲੈਂਦੀ ਹਾਂ। ਸਹੀ ਹੋ ਗਿਆ। ਹਾਂਜੀ ਚਲੋ, ਤੁਸੀਂ ਕੀ ਕਰਦੇ ਹੋ? ਅਸੀਂ ਖਾਡੇ ਲੱਗਣ ਲੱਗੇ ਜਿਹੜਾ ਸਾਰਾ ਕੰਮ, ਹੋਰ ਕੀ। ਇੱਕ ਤਾਂ ਖਾਡਾ ਸਾਨੂੰ ਲੈ ਲਿਖਾ ਹਾਂ ਨਹੀਂ ਲੱਗਿਆ, ਬਸ ਬਸ ਅੱਲਾ ਰੱਖੇ ਖੈਰ ਖਤਮ ਹੋ ਹੀ ਜਾਣਾ। ਠੀਕ ਹੋ ਭਾਈ? ਆ ਗਏ? ਹਾਂਜੀ, ਉਹ ਆ ਗਿਆ ਮਸਾਲਾ ਬਣਾਉਣ ਦਾ। ਚਾਏ ਦਿੱਤੀ? ਚਾਏ ਉਹ ਰੇਤਨ ਲੈ ਚੱਕਣ ਗਿਆ ਨਾ, ਰੇਤਨ ਲਿਆ ਫਿਰ ਚਾਏ ਦਿੰਦਾ ਉਹਨੇ। ਹਾਂਜੀ ਚਾਏ ਦਿੰਦਾ, ਅਤੇ ਨਾਲੇ ਮੈਂ ਮਿਸਤਰੀ ਦਾ ਪੁੱਛ ਲਾਂ ਦੂਸਰੇ ਦਾ, ਜੇ ਝੱਟ ਲੱਭ ਗਿਆ ਤਾਂ ਪਲਸਤਰ ਵਾਸਤੇ ਸ਼ੇਖ ਨੂੰ ਪੁੱਛਦਾ ਜੇ ਟਾਈਮ ਹੋਇਆ ਤਾਂ। ਨਾਲੇ ਮੈਂ ਕਿਹਾ ਤਵੀ ਤਾਂ ਚੁੱਲ੍ਹਾ ਵੀ ਲਾ ਜਾ ਕੇ ਨਾ, ਪਲਸਤਰ ਤਾਂ ਅਸੀਂ ਗੰਜਾ ਗਾਣਾ ਚਲੋ ਕਰ ਹੀ ਲਵਾਂਗੇ, ਤਵੀ ਤਾਂ ਚੁੱਲ੍ਹੇ ਵਾਸਤੇ ਮੈਂ ਕਹਿੰਦਾ ਚਲੋ ਉਹ ਵੀ ਲਾ ਜਾਏਗਾ। ਕਰਦਾ ਕਾਰ, ਮੈਂ ਦੇਖਦਾ ਕੀ ਕਰਦਾ, ਟਾਈਮ ਹੋਇਆ ਤਾਂ ਫਿਰ ਆਏਗਾ। ਆ ਤਾਂ ਉਹਨੇ ਜਾਣਾ ਸੀ, ਉਹਦੀ ਅਸਲ 'ਚ ਨਾ ਅੰਮੀ ਬਿਮਾਰ ਆ, ਹਾਂਜੀ ਤਾਂ ਕਰਕੇ ਨਹੀਂ ਆ ਸਕਦਾ। ਉਸ ਦਿਨ ਵੀ ਮੈਂ ਕਿਹਾ ਸੀ, ਕਹਿੰਦਾ ਮੈਂ ਆ ਜਾਣਾ ਸੀ ਯਾਰ, ਅੰਮੀ ਬਹੁਤ ਬਿਮਾਰ, ਕਦੀ ਵੀ ਕਿਤੇ ਜਾਣਾ ਪੈਂਦਾ, ਕਦੀ ਕਿਤੇ ਲੈ ਕੇ ਜਾਣੀ ਪੈਂਦੀ। ਚਲੋ ਸਹੀ ਆ, ਕਰ ਲਓ ਤੁਸੀਂ ਤਰਪਾਈ ਇਹਦੀ, ਅਤੇ ਮੈਂ ਕਰਦਾ ਫੋਨ ਜਦੋਂ ਟਾਈਮ ਹੋਇਆ, ਜੇ ਨਾ ਹੋਇਆ ਤਾਂ ਫਿਰ ਆਪ ਹੀ ਜਗਾੜ ਲਾਉਣਾ ਪੈਣਾ ਗੰਜਾ ਖਾਣਾ ਚੀਜ਼ਾਂ ਲੱਗਾ। ਨਹੀਂ ਉਹ ਉਸ ਤਰ੍ਹਾਂ ਦਾ ਤਾਂ ਨਹੀਂ, ਉਹ 20 ਦਾ ਫਰਕ ਤਾਂ ਰਹਿ ਹੀ ਜਾਂਦਾ, ਤਾਂ ਸਾਡੇ ਕੋਲ ਕਿਹੜਾ ਕੋਈ ਆਧਾਰ ਹੈਗਾ। ਚਲੋ ਕੋਈ ਨਹੀਂ, ਆਟਾ ਤਲੀ ਹੋ ਹੀ ਜਾਏ। ਮੈਨੂੰ ਲੱਗਦਾ ਦਸਾਂ ਭਾਈ ਵੀ ਨਾ, ਜੇ ਚਾਰ ਦਿਨ ਘਾਟੇ 'ਤੇ ਲੱਗੇ ਰਹੇ, ਕੰਮ ਸਿੱਖ ਜਾਣਗੇ ਸਾਰੇ। ਬਸ ਕਰ ਯਾਰ, ਉਹ ਪਰੇ ਇੰਨ ਤੱਕ ਲਾ ਦੇ, ਤੂੰ ਨਾ ਕਰ, ਇਹ ਚੱਗਣੀ ਚੜ ਇੰਨੀ ਲੱਗਣੀ ਦਾਸ। ਹੂੰ, ਇੱਥੇ ਬਸ ਕਰੋ, ਬਚਾਈ ਚਾਰ ਪੰਜ ਤਾਂ ਵਾਦੀਆਂ ਪਿੱਛੇ ਮੁੰਡ ਲਾ ਦਿਓ, ਇੱਥੋਂ ਮੁੰਡ ਨਹੀਂ ਆਉਂਦਾ। ਉਹ ਮੁੰਡ ਤਾਂ ਸਹੀ, ਹਾਂ ਅੱਗੇ ਨਾ ਲਾਓ ਯਾਰ ਇਤੋਂ। ਬਸ ਬਸ ਕਰ ਕੱਟ ਲਈ, ਇਹ ਰਣ ਪੇ ਰਣ ਦੇ ਚਾਉਣਾ ਨਹੀਂ, ਉਹ ਨਾ ਚਾਹ ਨਾ ਨਾ ਚੈਪ ਕਰ ਦੇ ਬਸ। ਤੇ ਆ ਜਿਹੜੀ ਇੰਨੀ ਛੱਡੀ ਹੈ, ਬੁਰੀ ਲੱਗੂਗੀ ਹੁਣ, ਇਹ ਵੀ ਕਰ, ਇਹ ਬਰਾਬਰ ਕਰੋ ਜਾਂਦਾ ਇਹ ਤੇ ਇਹ। ਹੂੰ, ਇਹ ਵੀ ਦੱਸ ਚੱਲ ਕਾ, ਇਟਾ ਖਤਮ ਤੇ ਨਹੀਂ ਹੋ ਗਈ, ਲਿਆਵਾਂ ਹੋਰ। ਚਲੋ ਦੇਖੋ ਲਾਓ ਹਿਸਾਬ ਕਿਤਾਬ, ਮੈਂ ਪੱਠੇ ਵੱਢਿਆ ਵਾ, ਨਹੀਂ ਤਾਂ ਮੈਂ ਤਾਂ ਕਹਿੰਦਾ ਇਹਦੇ ਤਾਂ ਬਿਹਤਰ ਆ ਇੱਕ ਇੱਕ ਵਾਰ ਖਾਡੇ 'ਤੇ ਹੋਰ ਹੀ ਲਾ ਲਓ। ਮੈਨੂੰ ਹਜੇ ਭਰੋਸਾ ਹੈ ਨਹੀਂ, ਮੈਨੂੰ ਤਾਂ ਹਜੇ ਵੀ ਲੱਗਦਾ ਤਰ ਜਾਣਾ। ਮੈਂ ਉਹ ਜ਼ਮੀਨ ਦਾ ਹਿਸਾਬ ਕਿਤਾਬ ਲਾਵਾਂ ਨਾ, ਇਹ ਲੱਗਦਾ ਜਿੱਦਾਂ ਇੱਕ ਵਾਰ ਹੋਰ ਆ ਜਾਣਾ। ਹੁਣ ਔਖਾ ਮਿਸਤਰੀ ਆਹ ਖਾਲੀ ਇੱਥੋਂ ਇੰਨੀ ਉੱਚੀ ਕਰ ਗਿਆ, ਪਾਣੀ ਨੱਠਦਾ ਜਾਂਦਾ ਉਹ ਪਰੇ ਨੂੰ। ਚਲੋ ਸਹੀ, ਉਹ ਮੁੰਡੇ ਵਾਰ ਲਾ ਲਓ ਥੋੜ੍ਹੀ ਜਿਹੀ, ਹਜੇ ਅੱਧੇ ਅੱਧੇ ਜਿਹੜਾ ਮੋੜ ਆ ਉੱਥੇ ਤੱਕ। ਲਿਆਵਾਂ ਹੋਰ, ਮੈਂ ਕਿਹਾ ਲਿਆਵਾਂ ਇੱਟਾਂ ਹੋਰ, ਨਹੀਂ ਤਾਂ ਹਾਂਜੀ। ਫਿਰ ਕਹਿੰਦਾ ਪਾਪਾ ਜੀ ਮੇਰੀਆਂ ਲੱਤਾਂ ਦੁਖਦੀਆਂ, ਥੋੜ੍ਹਾ ਨੱਠ ਲਿਆ ਕਰ, ਇਹ ਨਹੀਂ ਜਾਣੇ ਪੁੱਤ, ਮੋਈ ਨਾ ਕਰੋ ਹੱਥ ਲੱਗ ਜਾਣੇ। ਮੈਂ ਕਿਹਾ ਕੱਪੜੇ ਸ਼ੀਲਿੰਗ ਕਰ ਲਵਾਂ ਨਾ, ਸ਼ੀਲਿੰਗ ਕਰਕੇ ਅਤੇ ਤਾਰ ਤੇ ਪਾ ਦੇਵਾਂ, ਅਤੇ ਫਿਰ ਬਾਕੀ ਕੰਮ ਬਾਅਦ 'ਚ ਕਰ ਲੈਂਦੇ। ਹਾਂ ਚੰਗੀ ਗੱਲ ਕਰ ਲਓ, ਸ਼ਾਦੀ ਦੇ ਵਿੱਚ 2 ਦਿਨ ਨਹੀਂ ਰਹਿ ਗਏ, ਬਲਕਿ 7 ਤਰੀਕ ਨਹੀਂ, 7 ਤਰੀਕ ਸੁਬਹ 8, ਸੁਬਹ ਤਾਂ ਦੇਣੀ ਆ। ਹਾਂਜੀ ਸੁਬਹ ਤਾਂ ਦੇਣੀ ਆ, ਅਤੇ ਅੱਬੂ ਨੇ ਪੁੱਛ ਰਹੇ ਸੀ ਕਿੰਨੇ ਕਿੰਨੇ ਆਉਣਾ। ਹੂੰ, ਕਦੋਂ ਆਉਣਾ ਤੁਸੀਂ? ਸਹੀ ਹੈ, ਮੈਂ ਕਿਹਾ ਅੱਬੂ ਜੀ ਦੇਖਾਂਗੇ ਕੌਣ ਆਉਂਦਾ, ਮੈਂ ਮੋਇਸ ਤੇ ਮੈਂ ਕਿਹਾ ਪੱਕੇ ਹੀ ਆ। ਅੱਛਾ ਜੀ, ਕਿਸੇ ਬਾਰਾਣੀ ਰਹਿੰਦੀ? ਬਾਰਾਣੀ ਤੇ ਜਾਊਗੀ ਸਾਰਿਆਂ ਤੋਂ ਅੱਗੇ। ਅੱਛਾ ਜੀ, ਅੱਛਾ ਜੀ, ਮੈਂ ਤਾਂ ਕਹਿੰਦਾ ਮੇਰੇ ਪੁੱਤ ਮੇਰੇ ਕੋਲ ਰਹੂਗਾ ਘਰ। ਦੁਬਾਰਾ ਫਿਰ ਸਰਦੀ ਬਣਨ ਲੱਗੀ ਆ, ਮੌਸਮ ਖਰਾਬ ਦੱਸਿਆ ਅੱਜ ਵੀ, ਬਾਰਿਸ਼ ਦੱਸੀ ਵੀ ਕੱਲ੍ਹ ਵੀ। ਹਾਂਜੀ ਸਹੀ ਹੈ, ਅੱਲਾ ਕਰੇ ਮੇਰਾ ਪਲਸਤਰ ਟਾਈਮ ਨਾ ਹੋ ਜਾਵੇ।
ਤੁਹਾਡਾ ਪੀਸ ਸ਼ੀਲਨ ਕਰਕੇ ਰੱਖਿਆ ਵਾ ਕਿੱਥੇ ਕੁੜੀਆਂ ਵਾਲੇ ਕੱਪੜੇ ਪਾਉਣੇ ਮੇਰੇ ਬੇਟੇ ਨੂੰ ਕਿੰਨ ਰੋਂਦਾ ਜੋ ਦਿਲ ਜੋ ਥੋੜਾ ਕਰਦਾ ਸਭ ਤੋਂ ਪਹਿਲੇ ਕਿ ਆ ਸ਼ੁਰੂ ਕਰੋ हां जी मामू 24 घंटे खबर सुन दे सही है ਵਿਆਹ ਤੇ ਵੀ ਖਰਾਬ ਹੀ ਰਹੂਗਾ ਫਿਰ ਤੇ ਕੀ ਮਸਲਾ ਕਿਹੜੀ ਚੀਜ਼ ਚੱਲਦੀ ਇਹ ਸਾਰੇ ਕੱਪੜੇ ਮੈਂ ਸ਼ੀਲਾਂ ਕਰਕੇ ਤਾਰ 'ਤੇ ਪਾ ਦਿੱਤੇ ਆ ਮੈਂ ਕਿਹਾ ਖੁਸ਼ਕ ਹੋ ਜਾਣ ਅਤੇ ਫਿਰ ਬੰਦਾ ਕੱਟ ਲੈਂਦਾ ਟਾਈਮ ਕੱਢ ਕੇ ਅਤੇ ਕੱਟੇ ਪਏ ਹੋਣ ਅਤੇ ਫਿਰ ਬੰਦਾ ਹੈ ਨਾ ਸੀਨ ਸੀਨ ਲਗਾ ਕੇ ਜਿਵੇਂ ਟਾਈਮ ਲੱਗੇ ਅਤੇ ਬੰਦਾ ਸੀ ਲੈਂਦਾ ਵਾ ਆਹ ਵੀ ਮੇਰਾ ਬਹੁਤ ਪਿਆਰਾ ਸੂਟ ਆ ਜੋਏ ਸਾਹਿਬ ਹੁਣਾਂ ਦੇ ਕੰਮ ਦੇਖੋ ਘਰੋਂ ਪੱਠੇ ਵੱਢਣ ਆਏ ਹੋਏ ਆ ਇੱਕ ਪੰਡ ਪੱਠਿਆਂ ਦੀ ਵੱਢੀ ਆ ਅਤੇ ਦੋ ਢੇਰੀਆਂ ਵੱਢੀਆਂ ਅਤੇ ਟੱਕ 'ਚ ਲੰਮੇ ਪਏ ਹੋਏ ਹੈਂ ਅੱਛਾ ਕਾਲ ਕਰਨ ਲੱਗੇ ਸੀ ਤੁਸੀਂ ਕਿਹਾ ਨਾਲੇ ਢੂਈ ਸਿੱਧੀ ਕਰ ਲਾਂ ਲੱਕ ਸਿੱਧਾ ਕਰ ਲਵਾਂ ਹੈ ਨਾ ਹੈਂ ਸਹੀ ਇੱਕ ਮਿੰਟ ਘਰ ਨਹੀਂ ਆਉਂਦੇ ਆ ਜਾਓ ਫੁੱਫਾ ਚਾਹ ਬਣਾਉਂਦੇ ਪਏ ਨਾਲੇ ਚਾਹ ਪੀ ਲਓ ਨਾਲੇ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣੀ ਆ ਨਹੀਂ ਭਾਬੀ ਜੀ ਸੋਹਣਾ ਸੂਟ ਮਾਸ਼ਾਅੱਲਾ ਪਿਆਰਾ ਸੂਟ ਹੈ ਹਾਂਜੀ ਇਸ ਤਰ੍ਹਾਂ ਦੀ ਪੈਕਿੰਗ ਕਰਵਾ ਲਾਂਗੇ ਮੈਂ ਕਿਹਾ ਮੈਂ ਤਾਂ ਇਹ ਕਰ ਸਕਦੀ ਸੀ ਲੈ ਮੈਂ ਆਪੇ ਹੋਰ ਲੈ ਲਾਂ ਇਹ ਬਾਜ਼ੂ ਮੈਨੂੰ ਕਹਿੰਦੀਆਂ ਸੀ ਸਮਾਨ ਮੈਂ ਕਿਹਾ ਜਾਂ ਸਮੇਰਾ ਮੈਂ ਸਮਾਨ ਲਿਆ ਜਾਂ ਆਸੀਆ ਸਮਾਨ ਲਿਆ ਇੱਕ ਗੱਲ ਮੈਂ ਕਿਹਾ ਆਸੀਆ ਕੋਈ ਨਹੀਂ ਮੈਂ ਕਹਿੰਦੀ ਉਹ ਸਮਾਨ ਲਈ ਤੇ ਚੱਲ ਮੈਂ ਉਹ ਦੋ ਹੋਰ ਸਮਾਨ ਆਪੀ ਨੇ ਮੇਰੀ ਹੋਈ ਗੱਲ ਆਪੀ ਕਹਿੰਦੇ ਵੀ ਤੂੰ ਉਸ ਲਾ ਲਾ ਉਹ ਕਹਿੰਦੀ ਉਹ ਤਾਂ ਅੰਮੀ 3-3 ਹਜ਼ਾਰ ਦੀ ਮਿਲਦਾ ਹੁਣ ਇਹੀ 4-4 ਹਜ਼ਾਰ ਪਸੰਦ ਨਹੀਂ ਬੋਲਦੇ ਪੰਜ ਪੰਜ ਦਿਨ ਤੱਕ ਰਹਿ ਗਿਆ ਸੁਭਾ ਉਹੀ ਤਾਂ ਗੱਲ ਆ ਮੈਂ ਉਹਨੂੰ ਉਦੋਂ ਵੀ ਕਿਹਾ ਸੀ ਸਲਾਉਣਾ ਤਾਂ ਸਲਾ ਲਾ ਨਹੀਂ ਤਾਂ ਮੈਂ ਆਪ ਵੀ ਨਹੀਂ ਕਰਾਇਆ ਫੋਨ ਮੈਨੂੰ ਕਹਿੰਦੀ ਤੂੰ ਗਰਮ ਕਲਾ जवाब दसंगे सिलाई कर लो ਰਾਤ ਲਾ ਲਿਓ ਤੇ ਮੈਂ ਨਾ ਸੌਂ ਨਾ ਸੌਂਗੀ ਪਾਪਾ ਜੀ ਪੱਠੇ ਲਾ ਰਹੇ ਚੱਲੋ ਇਹਦੀ ਤੇ ਪੱਠੇ ਚੱਕ ਲਈ ਜੋ ਨਹੀਂ ਕਿਹੜੀ ਚੀਜ਼ ਹੋਵੇ ਬੱਚਾ ਮੈਂ ਨਹੀਂ ਕਰਦਾ ਤੂੰ ਜਾ ਸਕਦਾ ਗੱਡੀ ਜੋੜ ਲੋ ਲੈ ਲਵੋ ਫਿਰ ਲੈ ਲਾ ਜਿਹੜੀ ਚੀਜ਼ ਪਸੰਦ ਆਈ ਲੈ ਲੈ ਕਰ ਬੰਦਾ ਬਿਲਕੁਲ ਹਾਂਜੀ ਦੀਪਾ ਕਹਿੰਦੀ ਆ ਵੀ ਅੰਮੀ ਨੂੰ ਸਲਾਈ ਕਰਾ ਦੋ ਮੈਂ ਨਾ ਸੀ ਮੋਹਨ छुट्टी सी ना जी ਆਪ ਹੀ ਲਾ ਲਓ ਚੱਕਰ ਤੁਸੀਂ ਹਾਂਜੀ ਕਰਦੀ ਆ ਫਿਰ ਹਾਂ ਜਵੇਰ ਪੱਠੇ ਪਸਰਦੇ ਪਏ ਆ ਕਿੰਨਾ ਝੰਡ ਵੀ ਲਗਾਏ ਹੋਏ ਆ ਨਾਲ ਨਾਲ ਗਾਣੇ ਸੁਣ ਰਹੇ ਆ ਅਤੇ ਨਾਲੇ ਪੱਠੇ ਕੁਤਰਦੇ ਪਏ ਆ